सिख चैनल वेख रही पूरे यूके यूरोप और पूरे वर्ल्ड में वेख रही संगतों को मेरे वालों यानी गुरविंदर सिंह चाहल वालों वाहेगुरू जी का खालसा वाहेगुरू जी की फतेह। अज असी बर्मिंगम शहर के व्यू थिएटर में पहुँच चुके हैं जिथे सिख इतिहास की फस्ट 3D एनीमेशन मूवी चार साहिबजादे जिमें कि तुम मेरे पिछे देख सकते हो कि पोस्टर लगा हुआ है तो ये मूवी लॉन्च कर जा रहे हैं। सो ये मूवी सिख चैनल एज ए मीडिया पार्टनर और धर्म सेवा रिकॉर्ड एज ए डिस्ट्रीब्यूटर पार्ट कर रहे हैं। सो मेरे नाल इस वेले सरदार बिल्ला भाजी। सो वाहेगुरू जी का खालसा वाहेगुरू जी की फतेह। ਹਾਂਜੀ ਬਹੁਤ ਵਧੀਆ ਬਹੁਤ ਵਧੀਆ। ਤੁਹਾਡਾ ਬਹੁਤ ਵੱਡਾ ਉਪਰਾਲਾ ਕਿ ਤੁਸੀਂ ਚਾਰ ਸਾਹਿਬਜ਼ਾਦੇ ਮੂਵੀ ਸਿੱਖ ਇਤਿਹਾਸ ਦੀ ਫਸਟ 3D ਐਨੀਮੇਸ਼ਨ ਮੂਵੀ ਜਿਹੜੀ ਲਾਂਚ ਕੀਤੀ ਹੈ ਬਰਮਿੰਗਮ ਸ਼ਹਿਰ ਦੇ ਵਿੱਚ ਅੱਜ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਲ ਓਵਰ UK ਦੇ ਵਿੱਚ ਕੀ ਰਿਸਪੋਂਸ ਆ ਰਿਹਾ ਲੋਕਾਂ ਦਾ? ਭਾਜੀ ਬਹੁਤ ਵਧੀਆ ਰਿਸਪੋਂਸ ਹੈ ਸਾਰੇ ਤੋਂ। ਥੈਂਕ ਯੂ ਤੁਹਾਡੇ ਸਿੱਖ ਚੈਨਲ ਦਾ, ਬਹੁਤ ਸਾਨੂੰ ਬਹੁਤ ਸਪੋਰਟ ਦਿੱਤੀ ਤੁਹਾਨੂੰ ਤੁਸੀਂ। ਸਾਡੇ ਐਡਵਰਟ ਸਾਰੇ ਬਹੁਤ ਵਧੀਆ ਚੱਲਦੇ ਆ, ਬਹੁਤ ਰਿਸਪੋਂਸ ਆ ਲੋਕਾਂ ਤੋਂ, ਮੈਨੂੰ ਫੋਨ ਬਹੁਤ ਆਉਂਦੇ ਆ ਸਿੱਖ ਚੈਨਲ ਦੇਖ ਕੇ। ਅਤੇ ਹੁਣ ਸਾਡੇ ਪਾਸੇ ਸਕਰੀਨਾਂ ਲੱਗੀਆਂ, ਗਲਾਸਗੋ ਲੱਗੀ ਆ, ਮਾਨਚੈਸਟਰ ਲੱਗੀ, ਨਿਊਕਾਸਲ, ਸ਼ੈਥਲੋਨੀਆ, ਮੋਲੇ ਹਫ਼ਤੇ, ਕਾਰਡਿਫ, ਬ੍ਰਿਸਟਲ, ਇਲਫਰਡ, ਫੈਲਥਮ, ਕੋਵੈਂਟਰੀ ਲੱਗੀਆਂ ਨਵੀਆਂ, ਲੈਸਟਰ ਲੱਗੀਆਂ, ਸਾਡੇ ਪਾਸੇ ਬਹੁਤ ਵਧੀਆ ਰਿਸਪੋਂਸ ਹੁੰਦਾ ਆ। ਲੋਕ ਕਹਿੰਦੇ ਤੁਸੀਂ ਹੋਰ ਲਾਓ ਸਕਰੀਨਾਂ, ਨਾਲੇ ਕੋਸ਼ਿਸ਼ ਕਰਦੇ ਹੁਣ, ਜਿੱਦਾਂ ਅੱਜ ਇੱਥੇ ਹੁਣ ਪਹਿਲਾਂ 3 ਸਕਰੀਨਾਂ ਸੀ, ਹੁਣ ਅੱਜ ਕੱਲ੍ਹ 7 ਲੱਗਣੀਆਂ ਇੱਥੇ। ਕੱਲ੍ਹ ਫਸਟ ਡੇ ਸੀ, ਲੋਕਾਂ ਦਾ ਕੀ ਰਿਸਪੋਂਸ ਰਿਹਾ, ਕਿਵੇਂ ਫੁੱਲ ਹਾਊਸਫੁੱਲ ਜਾ ਰਿਹਾ? ਹਾਊਸਫੁੱਲ ਜਾ ਰਿਹਾ, ਸਾਡੇ ਪਾਸੇ ਹਾਊਸਫੁੱਲ ਆ। ਮਾਨਚੈਸਟਰ 2 ਸਕਰੀਨਾਂ ਸੀ, ਉਹ ਵੀ ਅੱਜ ਫੁੱਲ ਆ, 3 ਸਕਰੀਨਾਂ ਅੱਜ ਫੁੱਲ। ਡੈਫੀਨੇਟਲੀ ਹਾਊਸਫੁੱਲ ਜਾਣਾ ਚਾਹੀਦਾ ਕਿਉਂਕਿ ਸਿੱਖ ਇਤਿਹਾਸ ਦੀ ਧੁੰਦਲੀ ਪੈ ਰਹੀ ਤਸਵੀਰ ਨੂੰ ਇੱਕ ਵਾਰੀ ਫਿਰ ਉਜਾਗਰ ਕਰਨ ਲਈ ਹਰਮਨ ਬਵੇਜਾ ਅਤੇ ਉਹਨਾਂ ਦੇ ਫਾਦਰ ਸਾਹਿਬ ਹੈਰੀ ਬਵੇਜਾ ਸਾਹਿਬ ਦੀ, ਉਹਨਾਂ ਦੀ ਬਹੁਤ ਵੱਡਾ ਉਪਰਾਲਾ, ਬਹੁਤ ਜ਼ਰੂਰੀ ਚੀਜ਼ ਆ ਇਤਿਹਾਸ ਸਾਡੀ, ਅਤੇ ਨਿਆਣੇ ਜਾਣਾ ਚਾਹੀਦਾ, ਮਾਪੇ ਲੈ ਕੇ ਜਾਣ ਆਪਣੇ ਨਿਆਣਿਆਂ ਨੂੰ, ਅਤੇ ਸਿਆਣੇ ਵੀ ਜਾਣਾ ਚਾਹੀਦਾ ਦੇਖਣ ਲਈ ਸਾਡੇ ਇਤਿਹਾਸ ਕੀ। ਭਾਈ ਸਾਹਿਬ ਜੀ ਤੁਹਾਡੇ ਬਹੁਤ ਵੱਡੀ ਸੇਵਾ, ਤੁਸੀਂ ਧਰਮ ਸੇਵਾ ਰੈਕੋਰਡ ਵੱਲੋਂ ਜਿਹੜਾ ਤੁਸੀਂ ਬੀੜਾ ਚੱਕਿਆ ਆ ਉਹ ਭਲੀ ਭਾਂਤ ਸਾਰੇ ਵੀ ਉਹ ਜਾਣਦੇ ਨੇ ਕਿ ਉਹ ਧਰਮ ਸੇਵਾ ਇਹ ਬਹੁਤ ਵੱਡੀ ਸੇਵਾ ਕਰ ਰਹੇ ਨੇ ਭਾਈ ਸਾਹਿਬ ਹੁਣੀ, ਭਾਜੀ ਕਾਕਾ ਭਾਜੀ ਅਤੇ ਬਿੱਲਾ ਭਾਜੀ। ਸੋ ਮੈਂ ਤੁਹਾਨੂੰ ਬਹੁਤ ਵਧਾਈਆਂ ਦੇਣਾ ਚਾਹੁੰਦਾ ਕਿ ਇਹੋ ਜਿਹੀ ਮੂਵੀਆਂ ਹੋਰ ਆਉਣ, ਅਤੇ ਅਸੀਂ ਸੰਗਤਾਂ ਨੂੰ ਇੱਕ ਵਾਰੀ ਫਿਰ ਅਪੀਲ ਕਰਦੇ ਹਾਂ ਕਿ ਸਾਨੂੰ ਵੱਧ ਚੜ੍ਹ ਕੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਹਾਂਜੀ ਜ਼ਰੂਰ, ਸਾਰੀ ਸੰਗਤ ਜ਼ਰੂਰ ਜਾਣਾ ਚਾਹੀਦਾ, ਇਹ ਹਮੇ ਦੂਜੀ ਵਾਰ ਵੀ ਦੇਖਣ ਲੱਗਾ, ਫਿਰ ਸਾਨੂੰ ਬੇਨਤੀ ਆ ਜ਼ਰੂਰ ਨਿਆਣੇ ਲੈ ਕੇ ਜਾਓ ਅਤੇ ਫਿਲਮ ਦੇਖੋ। ਓਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਮੀਤ ਸਿੰਘ ਜੀ ਬਿੱਲਾ ਭਾਜੀ ਜੋ ਕਿ ਧਰਮ ਸੇਵਾ ਰੈਕੋਰਡ ਵੱਲੋਂ ਐਜ ਏ ਡਿਸਟ੍ਰੀਬਿਊਟਰ ਸਾਡੇ ਨਾਲ ਸੇਵਾ ਕਰ ਰਹੇ ਹਨ, ਅਤੇ ਸਿੱਖ ਚੈਨਲ ਐਜ ਏ ਮੀਡੀਆ ਪਾਰਟਨਰ ਜੋ ਸੇਵਾ ਕਰ ਰਹੇ ਹਨ। ਸੋ ਆਓ ਅਸੀਂ ਹੁਣ ਚੱਲਦੇ ਹਾਂ ਉਹਨਾਂ ਸੰਗਤਾਂ ਵੱਲ ਜੋ ਕਿ ਹੁਣੇ ਰੀਸੈਂਟ ਮੂਵੀ ਦੇਖ ਕੇ ਬਾਹਰ ਆ ਰਹੇ ਹਨ ਚਾਰ ਸਾਹਿਬਜ਼ਾਦੇ। ਸੋ ਉਹਨਾਂ ਦੇ ਵਿਊ ਲੈਂਦੇ ਹਾਂ ਕਿ ਉਹਨਾਂ ਦਾ ਕੀ ਵਿਚਾਰ ਹੈ ਇਸ ਮੂਵੀ ਬਾਰੇ, ਇਹੋ ਜਿਹੀਆਂ ਮੂਵੀਆਂ ਬਣਨੀਆਂ ਚਾਹੀਦੀਆਂ ਜਾਂ ਨਹੀਂ ਬਣਨੀਆਂ ਚਾਹੀਦੀਆਂ, ਜਾਂ ਸਾਨੂੰ ਕਿਵੇਂ ਸਪੋਰਟ ਕਰਨੀ ਚਾਹੀਦੀ ਹੈ ਇਸ ਮੂਵੀ ਦੀ। ਸੋ ਆਓ ਅਸੀਂ ਚੱਲਦੇ ਹਾਂ ਸੰਗਤਾਂ ਦੇ ਵਿਊ ਲੈਂਦੇ ਹਾਂ। ਗੁਰੂ ਨਾਨਕ ਪ੍ਰਗਟਿਆ, ਮੈਂ ਵੀ ਗੁਰੂ ਪਿਤਾ ਵਰਗਾ ਸੰਤ ਸਿਪਾਹੀ ਬਣਾਂਗਾ, ਤੁੰਦ ਜਗ ਜਾਣਨ ਹੋਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਸ ਵੇਲੇ ਸਿੱਖ ਚੈਨਲ 'ਤੇ ਜੁੜ ਚੁੱਕੇ ਹੋ ਸਾਡੇ ਨਾਲ। ਭੈਣ ਜੀ ਤੁਸੀਂ ਮੂਵੀ ਦੇਖ ਕੇ ਆਏ, ਤੁਹਾਨੂੰ ਕਿਵੇਂ ਲੱਗਦਾ ਇਹ ਮੂਵੀ, ਕਿਵੇਂ ਦੀ ਹੈ, ਕੀ ਸਾਨੂੰ ਸਪੋਰਟ ਕਰਨੀ ਚਾਹੀਦੀ ਇਹੋ ਜਿਹੀ ਮੂਵੀਆਂ ਦੀ ਜਾਂ ਨਹੀਂ? ਹਾਂਜੀ ਜ਼ਰੂਰ ਜ਼ਰੂਰ, ਆਪਣੇ ਬੱਚਿਆਂ ਨੂੰ ਸਾਰਾ ਦੱਸਣਾ ਚਾਹੀਦਾ। ਜੀ ਜੀ, ਬਹੁਤ ਅੱਛੀ ਸੀ, ਬਹੁਤ ਸਹੀ ਬਣਾਈ ਆ। ਮੈਨੂੰ ਤੁਹਾਡੀਆਂ ਅੱਖਾਂ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਇਮੋਸ਼ਨਲ ਹੋ ਚੁੱਕੇ ਹੋ ਮੂਵੀ ਦੇਖ ਕੇ। ਹਾਂਜੀ, ਕਿਵੇਂ ਦਾ ਫੀਲ ਹੋ ਰਿਹਾ ਹੈ ਮੂਵੀ ਬਾਰੇ ਤੁਸੀਂ? ਬਹੁਤ ਇਮੋਸ਼ਨਲ ਫੀਲ ਹੋ ਰਿਹਾ, ਪੰਜਾਬੀ ਤਾਂ ਮੈਨੂੰ ਇੰਨੀ ਆਉਂਦੀ ਨਹੀਂ, ਪਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਆਈ, ਇਹਨਾਂ ਨੂੰ ਸਾਰਾ ਸਾਰਾ ਸਮਝ ਪਈ ਕੀ ਹੋਇਆ ਸੀਗਾ ਉਸ ਟਾਈਮ ਦੇ ਵਿੱਚ। ਹਾਊਸ ਫੀਲਿੰਗ ਯੂ ਅਬਾਊਟ ਦਿਸ ਮੂਵੀ? ਇਟਸ ਰੀਲੀ ਸੈਡ, ਇਟ ਵਾਸ ਐਨ ਅਮੇਜ਼ਿੰਗ ਫਿਲਮ, ਵੀ ਕੇਮ ਵਾਚਿੰਗ ਇਟ, ਵੀ ਕੇਮ ਨਾਟ ਨੋਇੰਗ ਮੱਚ ਅਬਾਊਟ ਦ ਸਟੋਰੀ, ਬਟ ਨਾਓ ਵੀ ਆਰ ਵੈਰੀ ਵੈਰੀ ਇਮੋਸ਼ਨਲ, ਇਟ ਵਾਸ ਅ ਗ੍ਰੇਟ ਫਿਲਮ, ਵੀ ਇਨਸਪਾਇਰਡ। ਸ਼ੁਡ ਵੀ ਸਪੋਰਟ ਦਿਸ ਮੂਵੀ? ਯੈਸ ਡੈਫੀਨੇਟਲੀ ਡੈਫੀਨੇਟਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੇ ਨਾਲ ਨਾਲ ਇੱਕ ਵੀ ਸਿੰਘ ਜਿਉਂਦਾ ਨਾ ਰਹੇ। ਹੁਣ ਦੱਸਾਂਗੇ ਦੁਸ਼ਮਣਾਂ ਨੂੰ ਕਿ ਇੱਕ ਸਿੰਘ 1.25 ਲੱਖ ਦੇ ਬਰਾਬਰ ਕਿਵੇਂ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਜੀ, ਤੁਸੀਂ ਜਿਹੜੀ ਮੂਵੀ ਦੇਖ ਕੇ ਆਏ ਹੁਣੇ ਚਾਰ ਸਾਹਿਬਜ਼ਾਦੇ, ਤੁਹਾਨੂੰ ਕਿਵੇਂ ਦੀ ਲੱਗੀ? ਹਾਂ, ਸਭ ਤੋਂ ਬੈਸਟ ਫਿਲਮ ਅਸੀਂ ਨੇ ਮਾਹੌਲ ਲਾਈਫ, ਅਮੇਜ਼ਿੰਗ ਫਿਲਮ, ਸਾਰਾ ਇਤਿਹਾਸ ਨਾ ਮੁੜ ਕੇ ਅੱਖਾਂ ਸਾਹਮਣੇ ਮੁੜ ਕੇ ਲਿਆ ਦਿੰਦਾ ਹੈ ਨਾ, ਇਟਸ ਅ ਬੈਸਟ ਫਿਲਮ ਵੀ ਐਵਰ ਸੀਨ, ਇਟਸ ਵੈਰੀ ਸੈਡ ਬਟ ਅ ਬਿਊਟੀਫੁਲ। ਸਾਡਾ ਸਿੱਖ ਇਤਿਹਾਸ ਕਾਫੀ ਧੁੰਦਲਾ ਪੈਂਦਾ ਜਾ ਰਿਹਾ ਜਾਂ ਸਾਡੇ ਬੱਚੇ ਭੁੱਲਦੇ ਜਾ ਰਹੇ ਸਿੱਖ ਇਤਿਹਾਸ ਨੂੰ, ਜਿਵੇਂ ਤੁਸੀਂ ਆਪਣੇ ਬੱਚੇ ਛੋਟੇ ਛੋਟੇ ਬੱਚੇ ਲੈ ਕੇ ਜਿਵੇਂ ਤੁਸੀਂ ਵੇਖ ਸਕਦੇ ਹੋ। ਹਾਂਜੀ ਹਾਂਜੀ, ਸੋ
ਕਿਵੇਂ ਦਾ ਫੀਲ ਹੋ ਰਿਹਾ? ਸਾਨੂੰ ਇਹ ਸਪੋਰਟ ਕਰਨੀ ਚਾਹੀਦੀ ਹੈ? ਬਿਲਕੁਲ ਬਿਲਕੁਲ, ਜਿਹੜਾ ਇਹ ਪਰਿਵਾਰ ਹੈ ਜਿਹਨੇ ਫਿਲਮ ਬਣਾਈ ਹੈ ਉਹਨੂੰ ਅਕਾਲ ਤਖ਼ਤ ਹੁਕਮਨਾਮਾ ਜ਼ਰੂਰ ਹੈ, ਉਹਨੂੰ ਸਰੋਪਾ ਦੇਵੋ, ਇਹਦੇ ਫਿਲਮ ਹੋਰ ਚਾਹੀਦੇ, ਕਿਉਂ ਕਰਕੇ ਇਤਿਹਾਸ ਸਾਡਾ ਸਿੱਖਾਂ ਦਾ ਮੁੜ ਕੇ ਹੌਲੀ ਹੌਲੀ ਗਵਾਈ ਜਾਂਦੇ ਸੀ, ਬਹੁਤ ਜ਼ਰੂਰੀ ਹੈ। ਤਾਂ ਵਟਸ ਈ ਫਿਲਮ ਸਪੋਰਟ ਇਟ, ਬਹੁਤ ਅਮੇਜ਼ਿੰਗ ਫਿਲਮ, ਬੈਸਟ ਫਿਲਮ ਹੈ। ਸਿੱਖ ਚੈਨਲ, ਅਸੀਂ ਆਪ ਹੁਣ ਚੈਨਲ ਤੋਂ ਅਸੀਂ ਆਏ ਸੀਗੇ ਅਖੰਡ ਪਾਠ, ਅਤੇ ਸਿੱਖ ਚੈਨਲ ਤੋਂ ਬਗੈਰ ਵੀ ਵੁੱਡ ਨੈਵਰ ਨੋ ਅਬਾਊਟ ਦੀਸ ਫਿਲਮਸ, ਹੈ ਨਾ। ਸਿੱਖ ਚੈਨਲ ਤਾਂ ਸਾਡਾ ਆਪਣਾ ਚੈਨਲ ਹੀ ਹੈ। ਬਿਆਲੀ ਦੇ ਸਾਹਮਣੇ 10 ਲੱਖ ਸਿੰਘਾਂ ਦੇ ਜੋਸ਼ ਤੋਂ ਕਿੰਨਾ ਡਰਦੀ ਹੈ ਮੁਗਲ ਫੌਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਫੀਲ ਕਰ ਰਹੇ ਹੋ ਇਸ ਮੂਵੀ ਬਾਰੇ? ਇਹ ਫਿਲਮ ਬਹੁਤ ਪਾਵਰਫੁਲ ਹੈ ਔਰ ਅਸੀਂ ਕਾਫੀ ਇਮੋਸ਼ਨਲ ਮੂਵੀ ਸੀ, ਤੁਹਾਡੀ ਅੱਖਾਂ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਕਾਫੀ ਇਮੋਸ਼ਨਲ ਹੋ ਗਏ। ਹਾਂਜੀ, ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਅਮਰਦੀਪ ਹੈ। ਹਾਂਜੀ, ਮੂਵੀ ਕਿਵੇਂ ਦੀ ਲੱਗੀ ਤੁਹਾਨੂੰ? ਬਹੁਤ ਪਾਵਰਫੁਲ ਹੈ। ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹੀਆਂ ਮੂਵੀਆਂ ਹੋਰ ਵੀ ਆਉਣ? ਹਾਂਜੀ, ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਆ ਮੂਵੀਜ਼ ਹੋਰ ਆਉਂਦੇ ਆ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਭੈਣ ਜੀ, ਤੁਸੀਂ ਮੂਵੀ ਦੇਖਿਆ ਚਾਰ ਸਾਹਿਬਜ਼ਾਦੇ, ਸਾਡੇ ਇਤਿਹਾਸ ਦਾ ਕਾਫੀ ਹਿੱਸਾ ਜਿਹੜਾ ਧੁੰਦਲਾ ਪੈਂਦਾ ਜਾ ਰਿਹਾ, ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਚਾਰ ਸਾਹਿਬਜ਼ਾਦਿਆਂ ਦੇ ਨਾਂ ਜਾਂ ਪੰਜਾਂ ਪਿਆਰਿਆਂ ਦੇ ਨਾਂ। ਸੋ ਇਹ ਮੂਵੀ ਦੇਖ ਕੇ ਇਸ ਮੂਵੀ ਤੋਂ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਕਿ ਸਾਨੂੰ ਇਹੋ ਜਿਹੀਆਂ ਮੂਵੀਆਂ ਹੋਰ ਆਉਣੀਆਂ ਚਾਹੀਦੀਆਂ, ਸਾਨੂੰ ਬੱਚਿਆਂ ਨੂੰ ਆਪਣੇ ਨੂੰ ਦੱਸਣਾ ਚਾਹੀਦਾ? ਹਾਂਜੀ, ਜ਼ਰੂਰ ਜ਼ਰੂਰ, ਇਹ ਤਾਂ ਬਹੁਤ ਵਧੀਆ ਮੈਸੇਜ ਆ। ਮੈਂ ਇਹ ਕਹੂੰਗੀ ਜਿਸਨੇ ਇਹੋ ਜਿਹੀ ਸੋਚ ਸੋਚੀ ਹੈ ਉਹਦਾ ਪਰਮਾਤਮਾ ਰਹਿੰਦੀ ਦੁਨੀਆਂ 'ਤੇ ਨਾਂ ਰੱਖੇ। ਹਿਸਟਰੀ ਜਾਣਦੇ ਲਿਖਦੇ ਪੜ੍ਹਦੇ ਆ, ਪਰ ਬੱਚਿਆਂ ਲਈ ਬਹੁਤ ਵਧੀਆ ਕਿਸੇ ਨੇ ਸੋਚ ਸੋਚੀ। ਬੱਚੇ ਮੀਡੀਆ ਦੇ ਨਾਲ ਨਾ ਅੱਜ ਕੱਲ ਦੇ ਹਿਸਾਬ ਦੇ ਨਾਲ ਉਹਨਾਂ ਨੇ ਬਹੁਤ ਵਧੀਆ ਕਿਸੇ ਨੇ ਸੋਚ ਸੋਚੀ ਆ। ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ, ਇੰਨਾ ਵੱਡਾ ਵਜ਼ੀਰ ਤੇ ਇੰਨੇ ਨੀਚ ਕੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪਣਾ ਨਾਮ? ਹਾਂਜੀ, ਮਨਜਿੰਦਰ ਸਿੰਘ ਜੀ। ਭਾਈ ਸਾਹਿਬ ਜੀ, ਤੁਸੀਂ ਆਪਣੀ ਸਾਰੀ ਫੈਮਿਲੀ ਨੂੰ ਫਿਲਮ ਵੇਖਣ ਲਈ ਲੈ ਕੇ ਆਏ ਹੋ? ਭਾਈ ਸਾਹਿਬ ਜੀ, ਇਹ ਜਿਹੜੀ ਮੂਵੀ ਆ ਸਾਡੇ ਇਤਿਹਾਸ ਦਾ ਇੱਕ ਬਹੁਤ ਵੱਡਾ ਹਿੱਸਾ ਆ, ਸਾਡੇ ਗੁਰੂਆਂ ਦਾ ਇਤਿਹਾਸ ਆ, ਜੋ ਕਿ ਬੱਚਿਆਂ ਦੇ ਅੱਜ ਮੈਂ ਸੋਚਦਾ ਕਿ ਬੱਚਿਆਂ ਦੇ ਧੁੰਦਲਾ ਪੈਂਦਾ ਜਾ ਰਿਹਾ। ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਜਾਂ ਸਾਨੂੰ ਪਤਾ ਹੀ ਨਹੀਂ ਸਾਡੇ ਚਾਰ ਸਾਹਿਬਜ਼ਾਦੇ ਕੌਣ ਸਨ ਜਾਂ ਉਹਨਾਂ ਦੇ ਨਾਮ ਕੌਣ ਸਨ। ਸੋ ਤੁਸੀਂ ਮੂਵੀ ਦੇਖ ਕੇ ਆਏ, ਇਹ ਮੂਵੀ ਕਿਵੇਂ ਦੀ ਲੱਗੀ? ਬਹੁਤ ਵਧੀਆ ਲੱਗੀ ਜੀ। ਇਹ ਜਿੰਨੇ ਵੀ ਸਿੱਖ ਹੈ ਘਰ ਬੈਠੇ ਆ, ਸਾਰਿਆਂ ਨੂੰ ਇਹੀ ਬੇਨਤੀ ਆ ਕਿ ਆ ਕੇ ਦੇਖਣ ਕਿ ਅਸਲੀਅਤ ਦੇ ਵਿੱਚ ਕੀ ਹੋਇਆ ਸਾਡੇ ਗੁਰੂ ਸਾਹਿਬ ਨਾਲ, ਸਾਡੇ ਚਾਰ ਸਾਹਿਬਜ਼ਾਦਿਆਂ ਨਾਲ। ਇਹ ਸੱਚੀ ਮੁੱਚੀ ਜੋ ਦੇਖਦੇ ਹਾਂ ਹਿਲਾ ਦਿੰਦੀ ਆ, ਦਿਲ ਦੇ ਵਿੱਚ ਮਹਿਸੂਸ ਹੁੰਦਾ ਕਿ ਗੁਰੂ ਜੀ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਲਈ। ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਸਿੱਖਾਂ ਲਈ ਨਹੀਂ, ਹਿਊਮਨ ਬੀਇੰਗ ਲਈ, ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਧਰਮ ਦੇ ਹੈ, ਕਿ ਆਣ ਕੇ ਦੇਖੇ। ਐਂਡ ਥੋੜ੍ਹੀ ਜਿਹੀ ਸੋਝੀ ਆਵੇ, ਅਸੀਂ ਭੁੱਲਦੇ ਜਾਂਦੇ ਹਾਂ, ਪਰ ਬਹੁਤ ਵਧੀਆ ਕਿ ਇੱਦਾਂ। ਸਿੱਖ ਚੈਨਲ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਸਿੱਖ ਚੈਨਲ ਐਜ਼ ਏ ਮੀਡੀਆ ਪਾਰਟਨਰ ਇਸ ਮੂਵੀ ਦਾ ਕਾਫੀ ਪ੍ਰਮੋਸ਼ਨ ਕਰ ਰਹੇ ਨੇ, ਸੋ ਸਿੱਖ ਚੈਨਲ ਬਾਰੇ ਕੀ ਕਹਿਣਾ ਚਾਹੋਗੇ? ਬਸ ਇਹੀ ਇੱਦਾਂ ਦੀਆਂ ਪੇਸ਼ ਕਰੀ ਜਾਣ, ਹੈਲ ਸਪੋਰਟ ਕਰੀ ਜਾਣ, ਫਿਰ ਗਾਂਹ ਵੀ ਬਣੇ। ਹੋਰ ਵੀ ਕਈ ਸਾਖੀਆਂ ਸਾਡੇ ਗੁਰੂ ਸਾਹਿਬ ਦੇ ਜਿਹੜੇ ਸਾਡੇ ਧਰਮ ਸਾਡੇ ਬੱਚਿਆਂ ਨੂੰ ਨਹੀਂ ਪਤਾ, ਉਹ ਵੀ ਪੇਸ਼ ਕਰਨ ਵਾਲੇ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ? ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪਣਾ ਨਾਮ? ਵਜਿੰਦਰ ਸਿੰਘ। ਇਹ ਸੇਵਾ ਤੁਹਾਡੀ ਪੂਰੀ 100% ਸਫਲ ਹੈਗੀ ਹੈ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ, ਡਾਇਰੈਕਟਰਾਂ ਨੇ, ਮੀਡੀਆ ਨੇ, ਚੈਨਲਾਂ ਨੇ, ਜਿਨ੍ਹਾਂ ਨੇ ਵੀ ਜੋ ਵੀ ਇਸ ਵਾਸਤੇ ਕਰਦੇ ਪਏ ਨੇ, ਇਹਨਾਂ ਦੀ ਸੇਵਾ ਪੂਰੀ 100% ਸਫਲ ਹੈਗੀ ਹੈ। ਅਤੇ ਨਾਲ ਹੀ ਮੈਂ ਬੇਨਤੀ ਕਰਨਾ ਚਾਹਾਂਗਾ ਸਮੂਹ ਹੀ ਸਿੱਖ ਸਾਧ ਸੰਗਤ ਨੂੰ, ਵਰਲਡ ਦੀ ਸਾਧ ਸੰਗਤ ਨੂੰ, ਅਮੈਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ UK ਦੀ ਸਪੈਸ਼ਲੀ ਖਾਸ ਸਿੱਖ ਸਾਧ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਇਹ ਮੂਵੀ ਆਪਣੇ ਬੱਚਿਆਂ ਨੂੰ ਦਿਖਾਉਣ ਦਾ ਜ਼ਰੂਰ ਟਾਈਮ ਕੱਢਣ, ਕਿਉਂਕਿ ਇਹ ਸਾਡੀ ਰੂਟਸ ਵਾਸਤੇ ਬਹੁਤ ਜ਼ਰੂਰੀ ਹੈ। ਸਾਡੇ ਨਾਲ ਪਿੱਛੇ ਕੀ ਹੋਇਆ ਉਹ ਵਾਹਿਗੁਰੂ ਜਾਣਦਾ ਹੈਗਾ ਵੇ,
असी हुण अगे की करना चाहते हाँ जिहड़ा ना वह भी वाहिगुरू जाणदा हैगा है, पर असी किसी नूं कोई हर्ट नहीं करना चाहते, पर यह जिहड़ा है जिहड़ी कोशिश हैगी है सारे वास्ते जिहड़ा ना वह डेफिनेटली हर कोई बंदा टाइम कढे अपने बच्चों वास्ते ये साढ़े आने वाले रूट्स वास्ते बहुत जरूरी है। सारी फैमिली नूं लैके आए, बच्चों नूं भी लैके आए, तुसीं पूरी फैमिली आई हैगी है, ਤੁਹਾਨੂੰ ਕੀ ਲੱਗਦਾ ਸਾਨੂੰ ਇਹੋ ਜਿਹੀਆਂ ਫਿਲਮਾਂ ਹੋਰ ਪ੍ਰਮੋਟ ਕਰਨੀਆਂ ਚਾਹੀਦੀਆਂ ਕਿਉਂਕਿ ਸਾਡਾ ਸਿੱਖ ਇਤਿਹਾਸ ਤਾਂ ਇੰਨਾ ਵਿਸ਼ਾਲ ਹੈ ਕਿ ਫਿਲਮਾਂ ਮੁੱਕਣੀਆਂ ਹੀ ਨਹੀਂ, ਇਹ ਬਣਾਉਂਦੇ ਬਣਾਉਂਦਾ ਸਿੱਖ ਇਤਿਹਾਸ ਨਹੀਂ ਮੁੱਕਣਾ। ਸਹੀ ਗੱਲ ਹੈ, ਇਹ ਅਸੀਂ ਫਿਲਮਾਂ ਨਹੀਂ ਬਣਾ ਰਹੇ ਹਾਂ, ਇਹ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਸ਼ਿਸ਼ ਕਰ ਰਹੇ ਹਾਂ ਦੱਸਣ ਵਾਸਤੇ ਵੀ ਇਹ ਸਾਡਾ ਪਿਛਲਾ ਇਤਿਹਾਸ ਸੀ ਅਤੇ ਅਸੀਂ ਗੁਰੂਆਂ ਦੀ ਜਿਹੜੀ ਚਲਾਈ ਹੋਈ ਸਿੱਖ ਕੌਮ ਹੈਗੀ ਹੈ, ਸਿੱਖ ਪੰਥ ਹੈਗਾ ਵੇ, ਉਸ ਨੂੰ ਕੰਟੀਨਿਊ ਅਤੇ ਵੱਡਾ ਕਿੱਦਾਂ ਕਰਨਾ ਹੈਗਾ ਜਿਹੜਾ ਨਾ। ਇਹ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਨਾਮ? ਗੁਰਦੀਪ ਸਿੰਘ ਔਲਖ ਜੀ। ਜੀ ਭਾਜੀ, ਭਾਈ ਸਾਹਿਬ ਜੀ ਤੁਸੀਂ ਕਿਹੜੀ ਮੂਵੀ ਦੇਖ ਕੇ ਆਏ ਹੋ? ਚਾਰ ਸ਼ਬਦ ਸਾਹਿਬਜ਼ਾਦੇ ਜੀ। ਹਾਂ, ਕਿਵੇਂ ਦੀ ਲੱਗੀ ਭਾਜੀ? ਬਹੁਤ ਵਧੀਆ ਮੂਵੀ ਹੈ ਜੀ, ਅਤੇ ਮੈਂ ਤਾਂ ਵੈਸੇ ਪਲੈਨਡ ਵੀ ਨਹੀਂ ਸੀਗਾ, ਵੈਸੇ ਹੀ ਆਏ ਅਤੇ ਮੁੰਡੇ ਨਾਲ ਕਿਹਾ ਵੀ ਚਲੋ ਜਾ ਕੇ ਦੇਖਦੇ ਹਾਂ। ਮਸਟ ਵਾਚ ਆ, ਮੈਂ ਕਹੂੰਗਾ ਕਿ ਜਿੰਨੀ ਹੋ ਸਕੇ ਡੀਵੀਡੀਆਂ ਵਗੈਰਾ ਉਹ ਵੀ ਲੈਣੀਆਂ ਚਾਹੀਦੀਆਂ, ਕਿਉਂਕਿ ਜੋ ਵੀ ਸਟੋਰੀ ਆ ਜੋ ਅਸੀਂ ਇੰਡੀਆ ਨੂੰ ਬਿਲੋਂਗ ਕਰਦੇ ਹਾਂ, ਓਬਵੀਅਸਲੀ ਸਾਰੀ ਹਿਸਟਰੀ ਪਤਾ ਆਪਾਂ ਨੂੰ, ਕੋਈ ਵੀ ਚੀਜ਼ ਕੋਈ ਤੋੜ ਮਰੋੜ ਕੇ ਨਹੀਂ ਪੇਸ਼ ਕੀਤੀ ਗਈ, ਕੋਈ ਕੁਛ ਨਹੀਂ, ਬਿਲਕੁਲ ਜੋ ਹੈ ਜੋ ਹੋਇਆ ਉੱਦਾਂ ਹੀ ਟਰਾਈ ਕੀਤੀ ਆ। ਜੋ ਵੀ ਡਾਇਰੈਕਟਰ ਆ ਬਹੁਤ ਧੰਨਵਾਦੀ ਆ ਉਹਦੇ ਵੀ, ਉਹਨੇ ਜਿੰਨਾ ਵੀ ਘੱਟ ਘੱਟ ਸਮੇਂ ਦੇ ਵਿੱਚ ਉਹਨੂੰ ਕਵਰ ਕੀਤਾ। ਅੱਜ ਕੱਲ੍ਹ ਆਇਆ ਜੀ, ਕਿਉਂਕਿ ਪਲੈਨ ਨਹੀਂ ਸੀ, ਸਿੱਧਾ ਕੰਮ ਤੋਂ ਆਇਆ ਇਸ ਕਰਕੇ ਆਪਣੇ ਬਾਣੇ 'ਚ ਵੀ ਨਹੀਂ, ਅਤੇ ਪੂਰੀ ਫੈਮਿਲੀ ਆਊਗੀ। ਮਸਟ ਵਾਚ, ਜਵਾਕਾਂ ਨੂੰ ਵੀ ਨਾਲ ਲਿਆਉਣਾ ਚਾਹੀਦਾ, ਮੈਨੂੰ ਤਾਂ ਪਤਾ ਨਹੀਂ ਸੀ ਬੱਚੇ ਆ ਸਕਦੇ ਨਾਲ, ਅਤੇ ਜਵਾਕਾਂ ਨੂੰ ਨਾਲ ਲਿਆ ਕੇ ਦਿਖਾਉਣ ਵਾਲੀ ਹੈ, ਕਿਉਂਕਿ ਇੱਥੋਂ ਹੀ ਤਾਂ ਪਤਾ ਲੱਗਣਾ ਹਿਸਟਰੀ ਕੀ ਹੈ, ਅਤੇ ਘਰ ਵੀ ਡੀਵੀਡੀ ਡੁਵੀਡੀ ਵਗੈਰਾ ਰੱਖਣੀ ਚਾਹੀਦੀ ਹੈ, ਕਿਉਂਕਿ ਇੱਥੋਂ ਹੀ ਹਿਸਟਰੀ ਕਵਰ ਕਰਦੀ ਹੈ। ਸਾਨੂੰ ਵੱਧ ਤੋਂ ਵੱਧ ਇਸ ਮੂਵੀ ਦੀ ਸਿਨੇਮਾ ਵਿੱਚ, ਥੀਏਟਰਸ ਵਿੱਚ ਆ ਕੇ ਨਹੀਂ, ਬਿਲਕੁਲ ਜ਼ਰੂਰੀ ਹੈ ਜੀ, ਕਿਉਂਕਿ ਇੱਥੋਂ ਫਿਰ ਪਤਾ ਲੱਗਦਾ ਬੱਚੇ ਹੁਣ ਜਿਵੇਂ ਬੈਠੇ ਸੀਗੇ ਆਪਾਂ, ਜਦੋਂ ਦੇਖੋ ਜੀ ਫਿਨਿਸ਼ ਹੋਣ ਲੱਗੀ ਹੈ ਮੂਵੀ, ਬਿਲਕੁਲ ਵਿੱਚ ਹੋਈ ਆ, ਇੰਨੇ ਜੋਸ਼ ਨਾਲ ਬੰਦੇ ਭਰ ਗਏ, ਜਕਾਰੇ ਵੀ ਛੱਡੇ, ਠੀਕ ਹੈ, ਉਹ ਤੋਂ ਬਿਨਾਂ ਤੁਸੀਂ ਨਜ਼ਰਾਂ ਤੋਂ ਇਹਨਾਂ ਤੋਂ ਅੱਖਾਂ ਵੇਖ ਕੇ ਮੈਨੂੰ ਪਤਾ ਲੱਗ ਰਿਹਾ ਸੀ ਕਿ ਸਾਰੇ ਇਮੋਸ਼ਨਲ ਹੋ ਕੇ, ਕੁਝ ਤਾਂ ਗੱਲ ਕਰਨ ਨੂੰ ਤਿਆਰ ਹੀ ਨਹੀਂ ਸੀ ਕਿਉਂਕਿ ਉਹਨਾਂ ਦਾ ਰੋਣਾ ਰੁਕ ਹੀ ਨਹੀਂ ਸੀ ਰਿਹਾ। ਬਿਲਕੁਲ, ਜਿਹੜੀ ਫਿਲਮ ਦੀ ਪਿੱਛੋਂ ਬਿਲਕੁਲ ਐਂਡਿੰਗ ਆ ਉਸ ਹਿਸਾਬ ਨਾਲ, ਕਿਉਂਕਿ ਜਿਸ ਹਿਸਾਬ ਨਾਲ ਹਿਸਟਰੀ ਦੱਸਦੀ ਹੈ, ਸੋ ਓਬਵੀਅਸਲੀ ਜਦੋਂ ਚਾਰ ਸਾਹਿਬਜ਼ਾਦੇ ਜੋ ਅਖੀਰਲੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣਿਆ ਗਿਆ, ਉਹ ਜਿਹੜਾ ਸਮਾਂ ਆ ਜਿਹੜਾ ਉਹ ਪਿਕਚਰ ਦਾ ਉਨਾ ਪਾਰਟ ਆ, ਉਹ ਬਹੁਤ ਭਾਵਕ ਆ, ਬਹੁਤ ਇਮੋਸ਼ਨਲ ਆ। ਕੋਈ ਬੰਦੇ ਕਈ ਤਾਂ ਰੋਂਦੇ ਵੀ ਦੇਖੇ ਆਪਾਂ ਅੰਦਰ, ਇਹ ਕੋਈ ਰੌਲਾ ਨਹੀਂ, ਅੱਖਾਂ ਜੰਝੂ ਸਭ ਦੇ ਆਉਂਦੇ ਆ, ਕੋਈ ਰੋਕ ਲੈਂਦਾ ਕੋਈ ਨਹੀਂ ਰੋਕ ਸਕਦਾ। ਮੈਂ ਸੁਣਿਆ ਕਿ ਕੋਈ ਪੱਥਰ ਦਿਲ ਹੀ ਹੋਊਗਾ ਜਿਹੜਾ ਇਹ ਮੂਵੀ ਦੇਖ ਕੇ ਨਾ ਰਹੂਗਾ। ਬਿਲਕੁਲ ਜੀ, ਇਹ ਜਿਹੜੀ ਗੱਲ ਹੈ ਬਿਲਕੁਲ ਸੱਚੀ, ਜੋ ਜਿਵੇਂ ਜਿਵੇਂ ਦੱਸਿਆ ਉਵੇਂ ਜਿਵੇਂ ਦੇਖੋ ਦਿਖਾਇਆ, ਕੋਈ ਤੋੜ ਮਰੋੜ ਨਹੀਂ, ਕੁਛ ਨਹੀਂ, ਸੋ ਵਧੀਆ ਟਰੂ ਮੂਵੀ ਹੈ, ਮਸਟ ਵਾਚ। ਸਾਨੂੰ ਜ਼ਿੰਦਾ ਦੀਵਾਰ ਵਿੱਚ ਚਿਣ ਦਿੱਤਾ ਜਾਏਗਾ। ਫਿਰ ਕੀ ਹੋਇਆ, ਜ਼ਿੰਦਾ ਦੀਵਾਰ 'ਚ ਹੀ ਚਿਣਨਗੇ, ਮਾਰ ਥੋੜ੍ਹੀ ਦੇਣਗੇ। ਹਾਂ ਦਾਦੀ ਮਾਂ, ਮਾਰ ਥੋੜ੍ਹੀ ਦੇਣਗੇ। ਬਹੁਤ ਘੱਟ ਹਾਂਜੀ ਪਤਾ ਤਾਂ ਸੀ, ਬਟ ਇਸ ਤੋਂ ਬਾਅਦ ਲਾਈਕ ਸਾਨੂੰ ਹੋਰ ਜ਼ਿਆਦਾ ਪਤਾ ਇਨਫੋਰਮੇਸ਼ਨ ਮਿਲੀ ਹੈ ਕਿ ਸਾਡੇ ਚਾਰ ਸਾਹਿਬਜ਼ਾਦੇ ਦਾ ਕੀ ਹੋਇਆ ਹੈ, ਕਿਉਂ ਹੋਇਆ ਹੈ, ਐਵੇਂ ਸਾਰਾ ਪਤਾ। ਅਸੀਂ ਹੋਰ ਕਾਰਟੂਨ ਦੇਖਦੇ ਹਾਂ, ਕਾਰਟੂਨ ਮੂਵੀ ਦੇਖਦੇ ਹਾਂ, ਤੁਸੀਂ ਚਾਹੁੰਦੇ ਹੋ ਕਿ ਸਾਡੇ ਇਤਿਹਾਸ ਨਾਲ, ਸਿੱਖ ਇਤਿਹਾਸ ਨਾਲ ਰਿਲੇਟਡ ਹੋਰ ਮੂਵੀ ਇਹੋ ਜਿਹੀਆਂ ਆਉਣ? ਹਾਂਜੀ, ਕਿਉਂ ਨਹੀਂ, ਕਿਉਂਕਿ ਸਾਡੇ ਬੱਚਿਆਂ ਨੂੰ ਫਿਰ ਸਿਖਾਉਣਗੇ ਕਿ ਸਾਡਾ ਕਿਉਂ ਐਵੇਂ ਕੀ ਹੋਇਆ ਸੀ, ਸਾਰਾ ਇਤਿਹਾਸ ਪਤਾ ਚੱਲੇਗਾ ਉਸ ਨਾਲ। ਥੈਂਕ ਯੂ ਸੋ ਮਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਆਪਣਾ ਨਾਮ? ਗੁਰਦੀਪ ਸਿੰਘ। ਹਾਂਜੀ ਭੈਣ ਜੀ, ਤੁਹਾਡਾ? ਮਨਦੀਪ ਕੌਰ। ਹਾਂਜੀ ਭੈਣ ਜੀ, ਤੁਸੀਂ ਇਹ ਮੂਵੀ ਦੇਖ ਕੇ ਆਏ ਚਾਰ ਸਾਹਿਬਜ਼ਾਦੇ, ਕਿਵੇਂ ਦੀ ਲੱਗੀ? ਬਹੁਤ ਅੱਛੀ ਲੱਗੀ, ਬਹੁਤ ਅੱਛੀ ਐਫਰਟ ਕੀਤੀ ਆ, ਵੈਰੀ ਇਮੋਸ਼ਨਲ। ਬਹੁਤ ਜ਼ਿਆਦਾ। ਹਾਂਜੀ, ਕੀ ਹੋਇਆ ਸੀ? ਹਾਂਜੀ ਬਿਲਕੁਲ ਪਤਾ ਸੀ, ਕਿਤਾਬਾਂ 'ਚ ਵੀ ਪੜ੍ਹਿਆ ਸੀ, ਮੰਮੀ ਡੈਡੀ ਕੋਲ ਵੀ ਕਹਾਣੀਆਂ ਸੁਣੀਆਂ ਸੀ, ਪਰ ਓਬਵੀਅਸਲੀ ਵੈਨ ਯੂ ਸੀ ਇਟ, ਇਟ ਫੀਲ ਰੀਅਲੀ ਇਮੋਸ਼ਨਲ। ਭਾਈ ਸਾਹਿਬ ਜੀ, ਤੁਹਾਨੂੰ ਲੱਗਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ, ਪੂਰੀ ਫੈਮਿਲੀ ਨੂੰ ਲੈ ਕੇ ਇਹੋ ਜਿਹੀ ਮੂਵੀ ਦੇਖਣੀ ਚਾਹੀਦੀ? ਹਾਂਜੀ ਜ਼ਰੂਰ, ਡੈਫੀਨੇਟਲੀ, ਅਸੀਂ ਵੀ ਦੋ ਨਿਆਣੇ ਲੈ ਕੇ ਆਏ ਸੀ। ਹਾਂਜੀ, ਸਾਰਿਆਂ ਨੂੰ ਇਨਕਰੇਜ ਕਰਦੇ ਆ, ਉਹ ਵੀ ਸਾਰੇ ਆ ਕੇ ਇੱਥੇ ਦੇਖਣ। ਤੇ ਤੁਸੀਂ ਸਿੱਖ ਚੈਨਲ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਸਿੱਖ ਚੈਨਲ ਐਜ਼ ਏ ਮੀਡੀਆ ਪਾਰਟਨਰ ਇਸ ਮੂਵੀ ਦੀ ਪ੍ਰਮੋਸ਼ਨ ਕਰ ਰਹੇ ਨੇ, ਸਿੱਖ ਚੈਨਲ ਦੇਖਦੇ ਹੁੰਦੇ ਭਾਈ ਸਾਹਿਬ ਜੀ? ਹਾਂਜੀ ਜ਼ਰੂਰ ਦੇਖਦੇ ਹੁੰਦੇ। ਸਿੱਖ ਚੈਨਲ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਆ, ਬਹੁਤ ਕੰਮ ਕਰ ਸੋਹਣਾ ਕਰਦੇ ਆ, ਪ੍ਰਮੋਟ ਕਰਦੇ ਆ, ਅਤੇ ਇੱਦਾਂ ਹੀ ਪ੍ਰਮੋਟ ਕਰਨੀ ਚਾਹੀਦੀ ਹੈ। ਥੈਂਕ ਯੂ ਸੋ ਮਚ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਜੀ,
ਮੇਰਾ ਨਾਮ ਪਲਵੀਰ ਸਿੰਘ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਮੂਵੀ ਦੇਖ ਕੇ ਆਏ ਚਾਰ ਸਾਹਿਬਜ਼ਾਦੇ, ਜੋ ਸਾਡੇ ਇਤਿਹਾਸ ਨਾਲ ਰਿਲੇਟਡ ਹੈ, ਸੋ ਸਾਡੇ ਇਤਿਹਾਸ ਵਿੱਚ ਗੁਰੂਆਂ ਦੇ ਛੋਟੇ ਛੋਟੇ ਬੱਚਿਆਂ ਨਾਲ ਕੀ ਕੀਤਾ ਉਹਨਾਂ ਮੁਗਲਾਂ ਨੇ, ਸੋ ਮੂਵੀ ਦੇਖ ਕੇ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ? ਭਾਅ ਜੀ ਜਿੱਦਾਂ ਬਹੁਤ ਜਿੱਦਾਂ ਹਿਸਟਰੀ ਸੁਣੀ ਜੀ, ਹੈ ਨਾ, ਸੁਣੀ ਦੀ ਸੀਗੀ ਉਹ, ਅੱਜ ਅੱਖੀ ਦੇਖੀ ਹੈ ਨਾ, ਰੌਂਤਲੇ ਖੜ੍ਹੇ ਹੋ ਗਏ। ਸਹੀ ਗੱਲ ਪੁੱਛੋ, ਜਿੱਦਾਂ ਹੈ ਨਾ, ਦੇਖ ਕੇ ਇੱਦਾਂ ਮਨ ਭਰਿਆ ਕਿ ਇੱਦਾਂ ਛੋਟੇ ਸਾਹਿਬਜ਼ਾਦੇ ਦੇ ਲਓ, 7 ਸਾਲ ਦੇ, 9 ਸਾਲ ਦੇ ਲਓ, ਇੱਦਾਂ ਕੁਛ ਕਰ ਸਕਦੇ ਆ, ਬਲੀਵ ਨਹੀਂ ਇਹ ਕਰ ਸਕਦੇ ਅੱਜ ਦੇ, ਨਹੀਂ ਬਲੀਵ ਕਰ ਸਕਦੇ। ਦੇਖ ਕੇ ਕਿ ਅੱਜ ਬਹੁਤ ਜ਼ਿਆਦਾ, ਯਾਨੀ ਕਿ ਮਨ ਦੇ ਭਰਿਆ ਵੀ, ਅਤੇ ਇੱਕ ਦੇਖ ਕੇ ਵੀ ਚੰਗਾ ਵੀ ਲੱਗਾ, ਜਿੱਦਾਂ ਕਿ ਕੀ ਕੁਰਬਾਨੀਆਂ ਕੀਤੀਆਂ, ਕਿੱਦਾਂ ਕੀਤੀਆਂ, ਹੈ ਨਾ। ਭਾਈ ਸਾਹਿਬ ਜੀ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਹਿ ਕੀ ਖਿਆਲ ਆ ਕਿ ਇਹੋ ਜਿਹੀ ਮੂਵੀਜ਼ ਹੋਰ ਆਉਣੀਆਂ ਚਾਹੀਦੀਆਂ ਜਾਂ ਸਾਨੂੰ ਹੋਰ ਪ੍ਰਮੋਟ ਕਰਨੀਆਂ ਚਾਹੀਦੀਆਂ? ਜੈ ਜੈ ਜੈ, ਬਹੁਤ ਜਿੱਦਾਂ ਜਿਨ੍ਹਾਂ ਨੇ ਵੀ ਇਹ ਮੂਵੀ ਬਣਾਈ ਆ, ਬਹੁਤ ਜਿੱਦਾਂ ਸਹੀ ਤਰੀਕੇ ਨਾਲ ਐਨ ਜਿੱਦਾਂ ਲਿਖੀ, ਜਿਹਨੇ ਸਟੋਰੀ ਜਿੱਦਾਂ ਹੈ ਨਾ, ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਲਿਖੀ ਆ, ਅਤੇ ਮੈਂ ਕਹਿੰਦਾ ਕਿ ਇੱਦਾਂ ਦੀਆਂ ਮੂਵੀਆਂ ਹੋਰ ਵੀ ਬਣਨੀਆਂ ਚਾਹੀਦੀਆਂ ਵਾ, ਕਿ ਜਿਹੜਾ ਕਿ ਆਪਣੇ ਛੋਟੇ ਛੋਟੇ ਨਿਆਣਿਆਂ ਨੂੰ ਵੀ ਪਤਾ ਲੱਗ ਸਕੇ, ਨਾਲੇ ਹਜੇ ਸਾਨੂੰ ਨਹੀਂ ਕੁਛ ਪਤਾ, ਜਿਹੜਾ ਸਾਨੂੰ ਅੱਜ ਪਤਾ ਲੱਗਾ ਵਾ ਇਸ ਬਾਰੇ, ਅਤੇ ਉਹ ਸਾਨੂੰ ਪਤਾ ਲੱਗਿਆ ਇਸ ਟਾਈਮ, ਅਤੇ ਉਦੋਂ ਵੱਧ ਕੇ ਹੋਰ ਪਤਾ ਲੱਗੇ, ਜਾਣਕਾਰੀ ਅਸੀਂ ਚਾਹੁੰਦੇ ਹਾਂ। ਅਤੇ ਜਿੱਦਾਂ ਕਿ ਪਹਿਲਾਂ ਸਾਡਾ ਹੱਕ ਮੂਵੀ ਆਈ ਸੀ, ਬਹੁਤ ਉਹਦੇ ਬਾਰੇ ਵੀ ਸਾਨੂੰ ਖਾੜਕੂਆਂ ਸਿੰਘਾਂ ਬਾਰੇ ਪਤਾ ਲੱਗਿਆ, ਨਹੀਂ ਤਾਂ ਕੁਛ ਪਤਾ ਹੀ ਨਹੀਂ ਸਾਨੂੰ ਇੰਡੀਆ ਬਈ। ਅਤੇ ਤੁਸੀਂ ਕਿੱਦਾਂ ਫੀਲ ਕਰ ਰਹੇ? ਭਾਅ ਜੀ, ਮੈਂ ਤਾਂ ਇਹੀ ਕਹੂੰਗਾ, ਜਿੱਦਾਂ ਇਹ ਫਿਲਮ ਆਈ ਆ, ਪਰ ਹੁਣ ਇਹ ਹਿਸਾਬ ਨਾਲ ਜਿੱਦਾਂ ਫਿਲਮ ਆਪਾਂ ਨੂੰ, ਜਿੱਦਾਂ ਬਾਬਾ ਦੀਪ ਸਿੰਘ ਜੀ ਦੀ ਆ, ਬਾਬਾ ਬਵਿੰਦਰ ਸਿੰਘ ਦੀ, ਕਿਸੇ ਨੂੰ ਕੋਈ ਹਿਸਟਰੀ ਨਹੀਂ ਪਤਾ, ਸਿਰਫ ਨਾਂ ਪਤਾ ਆ, ਪਰ ਜੇ ਆਪਾਂ ਫਿਲਮ ਦੇਖਦੇ ਆਪਣੇ ਫਿਊਚਰ ਦੇ ਵਿੱਚ, ਬੱਚਿਆਂ ਨੂੰ ਇਹ ਪਤਾ ਲੱਗਦਾ ਵੀ ਇਹ ਸਾਡੇ ਸੂਰਮੇ ਕੌਣ ਸੀਗੇ, ਕੀ ਕੀਤਾ ਇਹਨਾਂ ਨੇ ਆਪਣੀ ਕੌਮ ਲਈ, ਅਤੇ ਇਸ ਹਿਸਾਬ ਨਾਲ ਕੁਰਬਾਨੀ ਦਿੱਤੀ ਆ, ਤਾਂ ਉਹ ਸਾਰਾ ਕੁਛ ਪਤਾ ਲੱਗਦਾ, ਅਤੇ ਇਸ ਨਾਲ ਆਪਣੀ ਕੌਮ ਨੂੰ ਫਾਇਦਾ ਹੋ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। What are you feeling about this movie? It's a good movie. Every parent should bring their child here because it's a very educational film for the Sikh history, culture, and the children can learn a lot from all their gurus. Guru de naal naal ek vi singh jiunda na rahe. ਹੁਣ ਦੱਸਾਂਗੇ ਦੁਸ਼ਮਣਾਂ ਨੂੰ ਕਿ ਇੱਕ ਸਿੰਘ 1.25 ਲੱਖ ਦੇ ਬਰਾਬਰ ਕਿਵੇਂ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਤੁਸੀਂ ਦੇਖਿਆ ਕਿ ਜਿਵੇਂ ਸਿੱਖ ਚੈਨਲ ਅਤੇ ਧਰਮ ਸੇਵਾ ਰੈਕੋਰਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਚਾਰ ਸਾਹਿਬਜ਼ਾਦੇ ਮੂਵੀ ਦੀ ਪ੍ਰਮੋਸ਼ਨ ਯੂਕੇ ਦੀ ਧਰਤੀ 'ਤੇ ਹੋ ਰਹੀ ਹੈ। ਸੋ ਤੁਸੀਂ ਦੇਖੇ ਸੰਗਤਾਂ ਦੇ ਵਿਊ ਕਿ ਸੰਗਤਾਂ ਪੂਰੀਆਂ ਇਮੋਸ਼ਨਲ ਹੋ ਚੁੱਕੀਆਂ ਸਨ। ਸੰਗਤਾਂ ਨੂੰ ਕਈਆਂ ਨੂੰ ਤਾਂ ਇੰਨਾ ਵੀ ਨਹੀਂ, ਈਵਨ ਪਤਾ ਨਹੀਂ ਸੀ ਕਿ ਚਾਰ ਸਾਹਿਬਜ਼ਾਦੇ ਕੌਣ ਸਨ, ਜਾਂ ਕਈਆਂ ਨੂੰ ਇੰਨੇ ਇੰਸਪਾਇਰ ਹੋਇਆ ਕਿ ਉਹ ਸਾਰੇ ਹੀ ਅੱਖਾਂ ਭਰ ਕੇ ਬਾਹਰ ਆ ਰਹੇ ਸਨ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਇਸ ਮੂਵੀ ਨੂੰ ਜ਼ਰੂਰ ਪ੍ਰਮੋਟ ਕਰੋਗੇ। ਸਾਨੂੰ ਕਰਨਾ ਚਾਹੀਦਾ ਇਸ ਮੂਵੀ ਨੂੰ, ਇਹੋ ਜਿਹੀਆਂ ਮੂਵੀ ਨੂੰ ਹੋਰ ਪ੍ਰਮੋਟ ਕਰਨਾ ਚਾਹੀਦਾ ਤਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ, ਸਾਡੀ ਆਉਣ ਵਾਲੀ ਜਨਰੇਸ਼ਨ ਹੈ ਇਹ ਸਿੱਖ ਇਤਿਹਾਸ ਨਾਲ ਜੁੜੀ ਰਹੇ। ਸੋ ਇਸ ਉਮੀਦ ਨਾਲ ਮੈਂ ਐਂਡ 'ਤੇ ਇਹੀ ਚਾਹੁੰਦਾ ਕਿ ਤੁਸੀਂ ਵੀ ਜ਼ਰੂਰ ਇਹ ਮੂਵੀ ਦੇਖਣ ਆਓ, ਜਿੱਥੇ ਵੀ ਮੂਵੀ ਚੱਲ ਰਹੀ ਹੈ, ਸੋ ਜ਼ਰੂਰ ਦੇਖਣ ਆਓ। ਤੁਹਾਡੇ ਆਪਣੇ ਸ਼ਹਿਰ ਵਿੱਚ, ਹਰ ਯੂਕੇ ਦੀ ਹਰ ਸਿਟੀ ਦੇ ਵਿੱਚ ਮੂਵੀ ਚੱਲ ਰਹੀ ਹੈ। ਸੋ ਇਸ ਵੇਲੇ ਸਾਡੇ ਨਾਲ ਕਾਕਾ ਭਾਅ ਜੀ ਜੁੜ ਚੁੱਕੇ ਨੇ, ਸੋ ਅਖੀਰ ਵਿੱਚ ਮੈਂ ਉਹਨਾਂ ਦੇ ਵਿਊ ਲੈਣਾ ਚਾਹਾਂਗਾ ਕਿ ਉਹਨਾਂ ਦੇ ਵਿਊ, ਕਿਉਂਕਿ ਉਹ ਐਜ਼ ਏ ਡਿਸਟ੍ਰੀਬਿਊਟਰ ਧਰਮ ਸੇਵਾ ਰੈਕੋਰਡ ਵੱਲੋਂ, ਕਾਕਾ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ, ਉਹ ਐਜ਼ ਏ ਡਿਸਟ੍ਰੀਬਿਊਟਰ ਸੇਵਾ ਕਰ ਰਹੇ ਨੇ। ਸੋ ਮੈਂ ਉਹਨਾਂ ਦੇ ਵਿਊ ਲੈਣਾ ਚਾਹਾਂਗਾ ਕਿ ਉਹਨਾਂ ਦਾ ਕੀ ਵਿਚਾਰ ਹੈ ਇਸ ਮੂਵੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਕਾ ਭਾਅ ਜੀ, ਭਾਅ ਜੀ ਤੁਸੀਂ ਦੇਖਿਆ ਕਿ ਸੰਗਤਾਂ ਦਾ ਕਾਫ਼ੀ ਘੱਟ ਸੀ ਅੱਜ ਮੂਵੀ ਦੇ ਵਿੱਚ। ਮੈਂ ਸਕਰੀਨ ਦੇਖ ਰਿਹਾ ਸੀ ਕਿ ਕੰਪੇਅਰ ਟੂ ਅਨਦਰ ਮੂਵੀਜ਼ ਬਹੁਤ ਜ਼ਿਆਦਾ ਆਪਣਾ ਫੁੱਲ ਸੀ ਜਿਹੜਾ ਹਾਲ ਸੀ। ਸੋ ਤੁਹਾਡਾ ਕੀ ਵਿਚਾਰ ਹੈ ਇਸ ਮੂਵੀ ਬਾਰੇ? ਯਾ, ਬਹੁਤ ਫਿਲਮ ਬਹੁਤ ਗਰਮ ਹੈ ਐਟ ਦ ਮੂਮੈਂਟ, ਸਾਰੇ ਜਾ ਰਹੇ ਆ, ਐਂਡ ਗੁੱਡ ਮੈਸੇਜ ਇੱਕ ਸੀ, ਜਿੱਦਾਂ ਫਿਲਮ ਦੇ ਵਿੱਚ ਇੱਕ ਮੈਸੇਜ ਵੀ ਆ ਵੀ ਕਦੇ ਮਹਾਰਾਜ ਦਾ ਵੈਰ ਕਿਸੇ ਧਰਮ ਨਾਲ ਨਹੀਂ ਸੀ, ਇਸਲਾਮ ਦੇ ਨਾਲ ਨਹੀਂ ਸੀ। ਹੁਣ ਇੱਥੇ ਮੁਸਲਮਾਨ ਵੀ ਕਾਫੀ ਆਏ ਸੀ ਇੰਸਟਾ ਸਿਟੀ, ਉਹਨਾਂ ਨਾਲ ਵੀ ਗੱਲਬਾਤ ਵਿਚਾਰ ਚੱਲ ਰਹੇ ਸੀ ਹੁਣ, ਐਂਡ ਇਟਸ ਵੈਰੀ ਬਿਊਟੀਫੁਲ ਟੂ ਸੀ ਵੀ ਮੁਸਲਮਾਨ ਬੰਦੇ ਆ ਵੀ ਉਹ ਵੀ ਜਿੱਦਾਂ ਗੱਲਾਂ ਬਾਤਾਂ ਕਰ ਰਹੇ ਆ। ਮੁਸਲਿਮ ਵੀਰ ਵੀ ਮੂਵੀ ਦੇਖਣ ਆਏ ਸੀ? ਹਾਂਜੀ ਹਾਂਜੀ, ਇੱਕ ਮੁੰਡਾ ਹੁਣ ਇੱਥੇ ਜਿੱਦਾਂ ਮੈਂ ਤੁਸੀਂ ਦੇਖਿਆ, ਮੈਂ ਉਹਨਾਂ ਨਾਲ ਗੱਲ ਕਰਦਾ ਸੀ, ਉਹਨਾਂ ਵਿਚਾਰ ਸਾਂਝੇ ਕਰਦੇ, ਤਾਂ ਉਹ ਇਸਲਾਮ ਧਰਮ ਦੇ ਹੋ ਕੇ ਉਹ ਕਹਿੰਦੇ ਵੀ ਜਿੱਦਾਂ ਵਿੱਚ ਉਹਦੇ ਮਾਈ ਭਾਗੋ ਜੀ ਦਾ ਜੋ ਸੀਨ ਆ, ਆਡੋ ਵਾਂਟ ਸੇ ਟੂ ਮੱਚ ਕਰਕੇ ਫਿਲਮ ਦੇਖਣ ਸਾਰੇ ਆ ਨਾ, ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਇਹੋ ਜਿਹੀ ਮੂਵੀਜ਼ ਜੇ ਹੋਰ ਆਉਣ ਤਾਂ ਤੁਸੀਂ ਫਿਰ ਸੇਵਾ ਵਿੱਚ ਹਿੱਸਾ ਪਾਓਗੇ? ਹਾਂਜੀ ਭਾਅ ਜੀ, ਸਾਡੀ ਗੱਲ ਚੱਲ ਰਹੀ ਆ, ਹੈਰੀ ਜੀ ਨਾਲ ਬਹੁਤ ਵਧੀਆ ਉਹਨਾਂ ਨੂੰ ਰਿਸਪੋਂਸ ਮਿਲ ਰਿਹਾ, ਤਾਂ ਉਹਨਾਂ ਦਾ ਬੰਬੇ ਤੋਂ ਫੋਨ ਡੇਲੀ ਆ ਰਿਹਾ। ਓਬਵੀਅਸਲੀ ਵਰਲਡ ਵਾਈਡ ਇਹ ਤਾਂ ਅੱਗੇ ਲੱਗ ਗਈ ਆ ਦ ਮੂਮੈਂਟ ਫਿਲਮ ਨੂੰ, ਹੈ ਨਾ, ਇਸ ਗੋਨ ਔਨ ਅਨਦਰ ਲੈਵਲ, ਐਂਡ ਹੋਰ ਫਿਲਮਾਂ ਹੋਪਫੁਲੀ ਥੋੜ੍ਹੀ ਇਹ ਤੋਂ ਬਾਅਦ ਜਦੋਂ ਰੈਸਟ ਕਰੂਗੇ ਤਾਂ ਫਿਰ ਬਣਾਓਗੇ ਹੋਪਫੁਲੀ।
ਬਹੁਤ ਧੰਨਵਾਦ ਜੀ, ਤੁਸੀਂ ਇਹੋ ਜਿਹੀ ਮੂਵੀ ਐਜ਼ ਏ ਡਿਸਟ੍ਰੀਬਿਊਟਰ ਸੇਵਾ ਕਰ ਰਹੇ ਹੋ, ਇਹੋ ਜਿਹੀ ਮੂਵੀ ਸੰਗਤਾਂ ਦੇ ਰੂਬਰੂ ਕੀਤੀ ਆ, ਸੋ ਤੁਹਾਡੀ ਸੇਵਾ ਬਹੁਤ ਵੱਡੀ ਮੈਂ ਮੰਨਦਾ ਕਿ ਤੁਸੀਂ ਸਾਰੇ ਆਪਣੇ ਵੀਰ ਭਰਾ ਸਾਰੇ ਯੰਗ ਜਨਰੇਸ਼ਨ ਜਿੰਨੀ ਵੀ ਤੁਸੀਂ ਯੰਗ ਵੀਰ ਇਕੱਠੇ ਲੈ ਕੇ ਧਰਮ ਸੇਵਾ ਰੈਕੋਰਡ ਵੱਲੋਂ ਜਿੰਨੇ ਵੀ ਵੀਰ ਉਹਦੇ ਨਾਲ ਜੁੜੇ ਨੇ ਸੋ ਬਹੁਤ ਸੇਵਾ ਕਰ ਰਹੇ ਨੇ, ਸੋ ਮੈਂ ਅਖੀਰ ਵਿੱਚ ਤੁਹਾਡਾ ਇੱਕ ਵਾਰੀ ਫਿਰ ਧੰਨਵਾਦ ਕਰਾਂਗਾ। ਉਹ ਧੰਨਵਾਦ ਦੀ ਲੋੜ ਨਹੀਂ, ਗੱਲ ਇਹ ਆ ਭਾਅ ਜੀ ਜਿਹੜੀ ਇਹ ਫਿਲਮ ਆ ਨਾ ਇਹ ਤਾਂ ਦੇਖ ਕੇ ਜਿੱਦਾਂ ਹੁਣ ਤੁਸੀਂ ਦੇਖੋਗੇ ਤਾਂ ਫਿਰ ਹੀ ਪਤਾ ਲੱਗਦਾ ਇਹ ਤਾਂ ਸਾਡੀ ਡਿਊਟੀ ਬਹੁਤ ਜ਼ਿਆਦਾ ਵੱਡੀ ਡਿਊਟੀ ਆ, ਇਹ ਤਾਂ ਭਾਵੇਂ ਸਾਨੂੰ 10-20 ਸਾਲ ਹੀ ਲੱਗ ਜਾਏ ਇਸੇ ਹੀ ਫਿਲਮ ਦੇ ਨਾਲ ਤਾਂ ਬਹੁਤ ਜ਼ਿਆਦਾ ਅਸਰ ਪੈਣਾ ਕੌਮ 'ਤੇ, ਹੈ ਨਾ। ਤਾਂ ਪਿਛਲੇ ਮੇ ਬੀ 50-60 ਸਾਲਾਂ ਤਾਂ ਜੋ ਸ਼ਾਇਦ ਨਾ ਹੋ ਪਾਇਆ ਹੋਊਗਾ ਇਤਿਹਾਸ ਦੇ ਨਾਲ, ਇਹ ਇੱਕ ਮੈਸ ਲੈਵਲ 'ਤੇ ਹੋ ਰਿਹਾ ਹੁਣ। ਐਂਡ ਤੁਹਾਨੂੰ ਦੇਖੀਏ ਇੱਕ, ਤੁਸੀਂ ਦੇਖਿਆ ਇੱਕ ਬੰਦੇ ਦਾ ਰਿਐਕਸ਼ਨ ਜਦੋਂ, ਬਿਲਕੁਲ ਜੀ ਮੈਂ ਦੇਖਿਆ ਉਹ ਵਿਚਾਰਾ ਕੈਪਚਰ ਨਹੀਂ ਹੋਇਆ, ਗੱਲ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਰੋਂਦਾ ਬਾਹਰ ਨਿਕਲ ਰਿਹਾ ਸੀ, ਹੋਰ ਵੀ ਸੰਗਤਾਂ ਦੀ ਮੈਂ ਅੱਖਾਂ ਵੇਖੀਆਂ ਕਿ ਕਾਫੀ ਨਮ ਸਨ। ਸੋ ਅਖੀਰ ਵਿੱਚ ਮੈਂ ਫਤਿਹ ਬੁਲਾਵਾਂਗਾ ਭਾਈ ਸਾਹਿਬ ਜੀ ਤੁਹਾਡੇ ਕੋਲ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।